ਬੂਟਾ ਉਹ 40 ਫੁੱਟ ਤੇ ਆ ਜਿਹੜਾ ਛੋਟਾ ਬੂਟਾ 20 ਫੁੱਟ ਤੇ ਨਹੀਂ ਫਿਰ ਵੀ ਆਮ ਜਿਹੜੇ ਬੂਟੇ ਕਦ ਕਦ ਲਾਏ ਮਿਕਸ ਦੇ ਜਿਹੜਾ ਸਾਰੇ ਆ ਜੀ ਕਿੰਨੂ ਮਾਲਟਾ ਮਸੰਮੀ ਨਿੰਬੂ ਗਲਗਲ ਨਿੰਬੂ ਜਾਤੀ ਹਾਂ ਨਿੰਬੂ ਜਾਤੀ ਨਹੀਂ ਹਾਂ ਜੀ ਨਹੀਂ ਵਿੱਚ ਉਹ ਮਰੂਦ ਵੀ ਹੈਗੇ ਅੰਬ ਵੀ ਹੈਗੇ ਵਿੱਚ ਅੱਛਾ ਅੱਛਾ ਜੀ ਹਾਂ ਜੀ ਫਲਦਾਰ ਬੂਟੇ ਵੀ ਹੈਗੇ ਅੱਛਾ ਅੱਛਾ ਜੀ ਕੇਲਾ ਵੀ ਹੈਗਾ ਅੱਗੇ ਉਹਦੇ ਵਿੱਚ ਹੀ ਮੱਕੀ ਬੀਜਦੀ ਵਾ ਕੋਈ ਗੱਲ ਨਹੀਂ ਜੀ ਆਪ ਨਹੀਂ ਇਹ ਤਾਂ ਉਹ ਆਦੇ ਛੋਟੇ ਆ ਜੀ ਛੋਟੇ ਬੂਟੇ ਇਦਾਂ ਦੇ ਸਾਰੇ ਜੀ ਛੋਟੇ ਇਦਾਂ ਦੇ ਛੋਟੇ ਇੱਕ ਕਿੰਨੇ ਸਾਲ ਦਾ ਜੀ ਆਹ ਬੂਟਾ ਇਹ ਤੇ ਲੱਗੇ ਅਜੇ ਸਾਲ ਦਾ ਕਿੱਥੇ ਆਇਆ ਜੀ ਇਹ ਲੱਗੇ ਆ ਆਪਣੇ ਫਰਵਰੀ ਚ ਹਾਂਜੀ ਇਹ ਆ ਜਿਹੜੀ ਪ੍ਰੋਬਲਮ ਆ ਰਹੀ ਆ ਇਹਦਾ ਹੱਲ ਕੀ ਦੇਸੀ ਇਹਦਾ ਹੱਲ ਇਹ ਆ ਜੀ ਇਹ ਜਿਹਨੂੰ ਮੈਂ ਵਾਇਰਸ ਬੋਲਦੇ ਆ ਤੇਲਾ ਪੈਂਦਾ ਤੇਲੇ ਵਾਸਤੇ ਨਾ ਮਤਲਬ ਜਿਹੜਾ ਚੰਗਾ ਵਧੀਆ ਘਰ ਦਾ ਫੈਂਡਾ ਕੱਚਾ ਦੁੱਧ 6 ਲੀਟਰ ਦੁੱਧ ਮਤਲਬ 100 ਲੀਟਰ ਪਾਣੀ ਦੇ ਵਿੱਚ ਸਪਰੇਅ ਕਰਨੀ ਹੈ ਤੇਲੇ ਵਾਸਤੇ ਦੁੱਧ ਕੇ ਲੱਸੀ ਦੁੱਧ ਕੱਚੇ ਦੁੱਧ ਚ ਜਿਹੜੀ ਲੱਸੀ ਆ ਉਹ ਉੱਲੀ ਵਾਸਤੇ ਆ ਉਹ ਫਲੈਟ ਵਾਸਤੇ ਆ ਉਹ ਵੀ ਖੱਟੀ ਤੋਂ ਖੱਟੀ ਲੱਸੀ ਜਿਹੜੀ ਆ ਉਹ 6 ਲੀਟਰ ਲੱਸੀ 100 ਲੀਟਰ ਪਾਣੀ ਦੇ ਵਿੱਚ ਬਲਾਈਟ ਲਈ ਹਾਂਜੀ ਬਲਾਈਟ ਲਈ ਉੱਲੀ ਵਾਸਤੇ ਦੁੱਧ ਵੀ 6 ਲੀਟਰ ਲੱਸੀ ਵੀ 6 ਲੱਸੀ ਵੀ 6 ਲੀਟਰ ਸੁੰਡੀ ਵਾਸਤੇ ਭਾਜੀ ਹੋ ਰਿਹਾ ਇਹ ਉੱਲੀ ਵਾਸਤੇ ਤੇ ਬਲੈਟ ਵਾਸਤੇ ਆ ਲੀਫ ਮਾਈਨਰ ਭਾਜੀ ਬਲੈਟ ਜਾਂ ਤੇਲਾ ਹਰਿਆ ਤੇਲਾ ਪੈਂਦਾ ਜਿਹੜਾ ਨਾ ਉਹ ਪਹਿਲਾਂ ਬਲੈਡ ਪੈਂਦੀ ਤੇਲਾ ਜਿਹੜਾ ਵਿੱਚੋਂ ਚੂਸਦਾ ਤੇ ਪੱਤੇ ਇਦਾਂ ਹੋ ਜਾਂਦੇ ਆ ਬਿਲਕੁਲ ਜਿਹੜਾ ਕੀੜਾ ਆ ਫੇਰ ਤਾਂ ਉਹਨੇ ਆ ਮਿਰਚਾਂ ਮੁਰਚਾਂ ਦਾ ਫੇਰ ਤੇ ਉਹ ਹਰੀ ਮਿਰਚ ਲਸਣ ਦੇਸੀ ਆ ਕੋਦੀ ਰਪਸੋ ਦੀ ਸਪਰੇ ਕਰ ਬੱਤੇ ਕੀੜੇ ਜਿਹੜੇ ਆ ਕੀੜਿਆਂ ਲਈ ਤਾਂ ਉਹ ਅਗਲੀਆਂ ਸਪਰੇ ਆ ਹੋ ਰਿਹਾ ਨਹੀਂ ਪੈ ਗਿਆ ਇਹ ਜਿਹੜਾ ਕਿਤਾਬ ਪੜੋਗੇ ਕਿਤਾਬ ਦੇ ਤੁਹਾਨੂੰ ਬੜੇ ਫਾਰਮੂਲੇ ਮਿਲ ਜਾਂਦੇ ਬਹੁਤ ਮਰਦਾ ਮੀਂਹ ਹਾਂਜੀ ਫਿਰ ਵੀ ਫਰਕ ਪੈਂਦਾ ਜੀ ਇਹ ਨਿੰਬੂ ਆ ਜੀ ਅੱਛਾ ਜੀ ਇੱਕ ਸਵਾਲ ਹੋਰ ਆ ਇਹ ਨਿੰਬੂ ਇੱਕ ਮੇਰਾ ਸਵਾਲ ਹੋਰ ਸੰਤਰਾ ਹੋਣਾ ਜਦ ਤੁਸੀਂ ਖੇਤੀ ਪਹਿਲਾਂ ਕਹਿੰਦੇ ਆਪਣੇ ਕੈਮੀਕਲਾਂ ਨਾਲ ਕਰਦੇ ਹੁੰਦੇ ਸੀ ਕਿਤੇ ਹਾਂਜੀ ਉਹ ਜਦੋਂ ਉਹਨਾਂ ਨੂੰ ਛੱਡਿਆ ਤੇ ਉਸ ਤੋਂ ਬਾਅਦ ਇਸ ਪੱਧਤੀ ਨੂੰ ਅਪਣਾਇਆ ਹਾਂਜੀ ਉਹਦੇ ਵਿੱਚ ਘਾਟ ਕੀ ਨਜ਼ਰ ਆਈ ਤੁਹਾਨੂੰ ਜਾਂ ਉੱਪਰ ਝਾੜ ਦੇ ਝਾੜ ਦਾ ਕਿੰਨਾ ਫਰਕ ਹੈ ਕਿੰਨਾ ਫਰਕ ਹੈ ਇਹ ਗੱਲ ਤਾਂ ਜੀ ਜਦੋਂ ਪਹਿਲੇ ਸਾਲ ਅਸੀਂ ਛੱਡੀ ਖੇਤੀ ਹਾਂਜੀ ਸਾਡੀ ਪਹਿਲੀ ਫਸਲ ਤੇ ਪਹਿਲੀ ਖਾਦ ਨਹੀਂ ਹੋ ਗਈ ਖਾਦ ਹੀ ਨਹੀਂ ਜਿੱਦ ਹਾਂਜੀ ਦੇਸੀ ਖਾਦ ਬਹੁਤ ਸੀ ਨਾਲ ਤੇ ਫਿਰ ਦੂਜੇ ਸਾਲ ਥੋੜੀ ਸਾਡੀ ਫਸਲ ਘੱਟ ਹੋਈ ਤੇ ਤੀਜੇ ਸਾਲ ਜਿਹੜਾ ਸਾਡੇ ਸਾਰੇ ਮਿੱਤਰ ਕੀੜੇ ਜਿਹੜੇ ਉਹ ਆ ਗਏ ਤੀਜੇ ਸਾਲ ਸਾਡੀ ਜਿਹੜੀ ਫਸਲ ਹੋ ਗਈ ਹੁਣ ਚੌਥੇ ਸਾਲ ਤੇ ਪੰਜਵੇਂ ਸਾਲ ਤੇ ਵੇਖ ਲਓ ਵਾਹਿਗੁਰੂ ਦੀ ਕਿਰਪਾ ਬਾਸਾ ਲੱਗਦੇ ਇਸ ਚੀਜ਼ ਨੂੰ ਤੇ ਦੇਖੋ ਸਵਾਸ਼ ਪਾਲ ਕਰਕੇ ਕਹਿੰਦਾ ਉਹ ਇਹ ਕਹਿੰਦਾ ਵੀ ਆ ਜਿਹੜਾ ਅਸੀਂ ਜੀਵਨ ਤੋਂ ਬਣਾਉਂਦੇ ਆ ਨਾ ਹਾਂਜੀ ਇਹ ਇਸ ਕਰਕੇ ਬਣਾਉਂਦੇ ਵੀ ਸਾਡੇ ਕੋਲ ਢੇਰ ਹੈ ਨਹੀਂ ਜ਼ਿਆਦਾ ਹਾਂਜੀ ਇਹ ਥੋੜ੍ਹੇ ਢੇਰ ਨਾ